ਬਾਬਾ ਜੋਗਿੰਦਰ ਸਿੰਘ ਦੀ ਹੋਣੀ ਹਜ਼ੂਰ ਸਾਹਿਬ ਦੀ ਹੈੱਡ ਪੁਜਾਰੀ ਮੋਨੀ ਕਿਉਂ ਕਹਿੰਦੇ ਸੀ ਭਗਤੀ ਦਾ ਇੰਨਾ ਸ਼ੌਂਕ ਕਈ ਸਾਲ ਮੌਨ ਰੱਖ ਲਿਆ ਦੂਜੀ ਗੱਲ ਕਰਨੀ ਨਹੀਂ ਦੁਨੀਆਂ ਦੀ ਵਾਹਿਗੁਰੂ ਦਾ ਸਿਮਰਨ ਵਿਸਰ ਨਾ ਜਾਵੇ ਇਹੋ ਜਿਹੇ ਚਾ ਮੇਰੀ ਵੀ ਅਰਦਾਸ ਕਰੋ ਆਪਣੀ ਇਹੋ ਜਿਹੇ ਚਾ ਸਾਡੇ ਚ ਵੀ ਪੈਦਾ ਹੋ ਕਈ ਪਰਿਵਾਰ ਕਰ ਰਹੇ ਨੇ ਮੈਨੂੰ ਖੁਸ਼ੀ ਹੁਣ 28 ਤਰੀਕ ਦਿਹਾੜਾ ਲੰਘਿਆ ਅਖੀਰਲਾ ਸਾਹਿਬਜ਼ਾਦਿਆਂ ਦਾ ਸਾਰਾ ਹਫ਼ਤਾ ਤੁਹਾਡੇ ਚੋਂ ਇੱਕ ਪਰਿਵਾਰ ਨੇ 20 ਦਿਨ ਪਹਿਲੇ ਆਪਣੇ ਤੇ ਬੈਨ ਲਾ ਲਿਆ ਸੀ ਇਕੱਤੀ ਪਾਠ ਜਪਜੀ ਸਾਹਿਬ 28 ਤਰੀਕ ਤੱਕ 28 ਤਰੀਕ ਤੋਂ 20 ਦਿਨ ਪਹਿਲੇ ਇਕੱਤੀ ਪਾਠ ਜਪਜੀ ਸਾਹਿਬ 28 ਤਰੀਕ ਤੱਕ ਰੋਜ਼ ਕਰਨੇ ਆ ਫੈਮਿਲੀ ਨੇ ਨਿਤਨੇਮ ਤੋਂ ਇਲਾਵਾ ਕੇਵਲ ਇਸ ਵਾਸਤੇ ਸਾਹਿਬਜ਼ਾਦਿਆਂ ਦੀਆਂ ਖੁਸ਼ੀਆਂ ਝੋਲੀ ਚ ਬਹਿ ਜਾਏ ਮੇਰੀ ਜੇਬ ਚ ਵੀ ਰੁੱਕਾ ਪਿਆ ਹੋਏਗਾ ਕੋਈ 20 ਦਿਨਾਂ ਚ ਇੰਨੀ ਹਾਜ਼ਰੀ ਅੱਜ ਮੈਨੂੰ ਕਹਿਣ ਲੱਗਾ ਵੀ ਕਹਿੰਦਾ ਭਾਜੀ ਹੁਣ ਅਸੀਂ 101 ਚੁਪਈ ਸਾਹਿਬ ਰੋਜ਼ ਦਾ ਲਾਇਆ 13 ਜਨਵਰੀ ਦਾ ਗੁਰੂ ਗੋਬਿੰਦ ਸਿੰਘ ਦੇ ਆਗਮਨ ਦਿਹਾੜੇ ਦਾ ਆਖੋ ਸਾਧਨਾ ਇਹ ਚੀਜ਼ਾਂ ਤੋਰੋ ਕਰਾਂ ਮੈਂ ਤੇ ਨਵਾਂ ਸਾਲ ਲਫ਼ਜ਼ ਨਹੀਂ ਵਰਤਦਾ ਫਿਰ 2019 ਕਵਾਂਗੇ ਕਿਉਂਕਿ ਆਪਣਾ ਨਵਾਂ ਸਾਲ ਦੂਜਾ ਹੈ 2019 ਵਿੱਚ ਅਰਦਾਸਾਂ ਕਰੋ ਵੀ ਇਸ ਤਰ੍ਹਾਂ ਦੇ ਅਸੀਂ ਬੈਨ ਲਾਉਂਦੇ ਰਹੀਏ ਜਿਹਦੇ ਨਾਲ ਸਾਡਿਆਂ ਘਰਾਂ ਵਿੱਚ ਵੀ ਬੰਨ ਕੇ ਖੀਰ ਖਾਧੀ ਜਾਵੇ ਆਖੋ ਸਾਧੂ ਮੰਗਿਆ ਵੀ ਇਹੋ ਜਾਵੇ ਜੋੜੋ ਪਰਿਵਾਰ ਨਾਮ ਨਾਲ ਆਖੋ ਸਾਧੂ ਬਾਜਾਂ ਵਾਲਿਆ ਕਿਰਪਾ ਕਰਦੇ ਅੱਜ 2019 ਦੇ ਪਹਿਲੇ ਦਿਨ ਵਿੱਚ ਜਿੰਨੀਆਂ ਭੈਣਾਂ ਆਈਆਂ ਨੇ ਜਿੰਨੇ ਵੀਰ ਆਏ ਨੇ ਇਹ ਸਾਨੂੰ ਸਾਰੀਆਂ ਭੈਣਾਂ ਵੀਰਾਂ ਨੂੰ ਗੁਰੂ ਤੇਗ ਬਹਾਦਰ ਦੇ ਬਾਬੇ ਬਕਾਲੇ ਉਹ ਥੜੇ ਦੇ ਦਰਸ਼ਨ ਹੋ ਜਾਣ ਜਿੱਥੇ 26 ਸਾਲ 6 ਮਹੀਨੇ ਕਿੰਨੇ ਦਿਨ ਗੁਰੂ ਤੇਗ ਬਹਾਦਰ ਦਾ ਚੌਂਕੜਾ ਵੱਜਿਆ ਉਹ ਥੜੇ ਦਾ ਸਹਿਜ ਲਿਖਿਆ ਜੀ ਉਹ ਕਹਿੰਦਾ 4 ਫੁੱਟ 22 ਪਤਾ ਨੀ ਕਿੰਨੇ ਫੁੱਟ ਦਾ ਉਹ ਥੜਾ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਐਡਾ ਭਗਤੀ ਦਾ ਸ਼ੌਂਕ ਆਖੋ ਸਾਹਿਬ ਉਹ ਤੇ ਆਪ ਪਰਮੇਸ਼ਰ ਸੀ ਭਗਤੀ ਦਾ ਰੂਪ ਸੀ ਸਾਡੇ ਲਈ ਪੂਰਨੇ ਪਏ ਉਹ ਥੜੇ ਦਾ ਸੀਨ ਸਾਹਮਣੇ ਲਿਆਓ ਇੱਕ ਮੰਨੇ 4 ਫੁੱਟ ਲੱਗਿਆ ਇੱਕ ਮੰਨੇ ਪਤਾ ਨੀ 6 ਫੁੱਟ ਲੱਗਿਆ ਸ਼ਾਇਦ ਪੂਰਾ ਪੁੱਟ ਗਿਆ ਸਾਹਿਬ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਉਹ ਥੜੇ ਦਾ ਸਹਿਜ ਲਿਖਿਆ 26 ਸਾਲ 6 ਮਹੀਨੇ ਕੁਝ ਦਿਨ ਸੱਚੇ ਪਾਤਸ਼ਾਹ ਬੰਦਗੀ ਪਰ ਬੂਹੇ ਤੇ ਮਾਤਾ ਗੁਜਰੀ ਖੜੇ ਆਖੋ ਸਾਹਿਬ ਸ੍ਰੀ ਕੋਈ ਅੰਦਰੋਂ ਆਵਾਜ਼ ਆਵੇ ਤੇ ਸੇਵਾ ਲੇਟ ਨਾ ਹੋ ਜਾਏ ਹੁਣ ਅੱਜ 1 ਜਨਵਰੀ ਹੋ ਗਈ ਹੈ 13 ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਦਿਹਾੜਾ ਇਹ ਤੋਂ ਜਦੋਂ ਉੱਠੋਗੇ ਤੇ ਆਪਣੇ ਮਨਾਂ ਚ ਆਪੇ ਹੀ ਬੈਨ ਲਾ ਲਿਓ ਕਿ ਸਾਡੇ ਪਰਿਵਾਰ ਨੇ 13 ਤਰੀਕ ਤੱਕ ਇੰਨੀ ਹਾਜ਼ਰੀ ਲਾਉਣੀ ਹੈ ਅੱਜ ਸਾਡਾ 1 ਜਨਵਰੀ ਦੇ ਵਿੱਚ ਇਕੱਠਾ ਹੋਇਆ ਸਫਲ ਹੋ ਜਾਏ